गल चुभे ना, ये मैं पहला कह रहे हैं। ओके ठीक है अच्छा, चुभने वाली गल है भी नहीं। ओके हाँ, गल बड़ी प्यारी है। हाँ। जस्सी गिल, बब्बल राय ते प्रभ गिल, जदों ये तिना की तिकड़ी है, जदों असी जस्सी गिल वाल देखते हैं तो देखते हैं कि भी पहला वो थोड़ा जा तकड़ा हुंदा सी, फिर उन्हें अपने आप स्लिम कर लिया कर लिया। बब्बल राय भी पूरा जोर लाद, ठीक है, प्रभ गिल भी पूरी कोशिशा करता है, ठीक है। तीन गल हो गई। हाँ जी। उस तो बाद हुण अगली गल तुहानूं दस रहा मैं, अगली गल यह है, कुछ लोग ऐसे होंदे है जिहड़े घिओ खांदे है, पिन्नियां खांदे है, पर लगदी नहीं शरीर नूं, लगदी नहीं। कुछ जाने ऐसे होंदे है जिन्हां नूं पानी भी लगी जांदा सुक्का, लगी जांदा बिल्कुल। कुछ जाने ऐसे भी होंदे है जिन्हां नूं बस रोटी देखण ते लग जांदी है, लग जांदी। मैनूं ऐ लगदा होंदा कि प्रभ गिल तीसरी कैटेगरी च आंदा है, जिन्हां रोटी देखण ते भी लग जांदी है। ਉਹ ਗੱਲ ਬਿਲਕੁਲ ਸਹੀ ਹੈ ਤੁਹਾਡੀ, ਬਿਲਕੁਲ ਸਹੀ। ਅੱਛਾ, ਬਿਲਕੁਲ ਸਹੀ ਗੱਲ ਆ। ਤੇ ਇੱਕ ਵੈਸੇ ਬਈ ਜਿਵੇਂ ਜੱਸੀ ਆ, ਉਹਨਾਂ ਜੀ ਬਹੁਤ ਡੈਡੀਕੇਟਿਡ ਆ, ਉਹ ਬੰਦਾ ਬਹੁਤ ਫੋਕਸਡ ਆਪਣੇ ਕੰਮ ਨੂੰ ਲੈ ਕੇ, ਐਂਡ ਆਈ ਲਵ ਫੋਰ ਦੈਟ। ਉਹ ਮੈਨੂੰ ਬਹੁਤ ਵਧੀਆ ਲੱਗਦਾ ਕਿ ਉਹ ਬੰਦੇ ਨੂੰ ਪਤਾ ਆ ਗਿਆ ਮੈਂ ਆਹ ਕਰਨਾ ਅਤੇ ਮੈਂ ਉਹ ਚੀਜ਼ ਪਾ ਕੇ ਰਹਿਣੀ ਹੈ, ਹੈ ਨਾ ਜੀ। ਬੱਬਲ ਵੀ ਫਿਟਨੈਸ ਵੱਲ ਥੋੜ੍ਹਾ ਜਿਹਾ, ਉਹ ਸ਼ੁਰੂ ਤੋਂ ਹੀ ਆ, ਉਹ ਮਤਲਬ ਆਰਟਿਸਟ ਬਣਨ ਤੋਂ ਪਹਿਲਾਂ ਵੀ ਜੇ ਉਹਨੂੰ ਆਪਾਂ ਦੇਖਿਆ ਤਾਂ ਉਹ ਫਿੱਟ ਹੀ ਦੇਖਿਆ। ਸਹੀ ਗੱਲ ਹੈ। ਮੇਰਾ ਥੋੜ੍ਹਾ ਜਿਹਾ ਇੱਦਾਂ ਹੁੰਦਾ, ਮੈਂ ਵਿੱਚ ਛੁੱਟੀਆਂ ਬਣਾ ਲੈਂਦਾ ਜੀ, ਡਾਇਟਿੰਗ ਡੂਟਿੰਗ ਦੇ ਚੱਕਰ 'ਚ ਨਾ ਮੈਂ ਥੋੜ੍ਹੀ ਦੇਰ ਆਫ ਟਰੈਕ ਹੋ ਕੇ, ਫਿਰ ਘਰ ਗਏ, ਸਾਰਾ ਕੁਛ ਹੀ ਬਣਦਾ ਹੈ, ਫਿਰ ਉਹ ਚੱਲਦਾ ਰਹਿੰਦਾ। ਪਰ ਹਾਂ, ਇੱਦਾਂ ਕਿ ਹੁਣ ਤੋਂ ਮਹੀਨੇ ਕੁ ਬਾਅਦ ਮੈਨੂੰ ਵੀ ਤੁਸੀਂ ਥੋੜ੍ਹਾ ਜਿਹਾ ਫਿੱਟ 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 ਫਿੱਟ, ਮੇਰੀਆਂ ਥੋੜ੍ਹੀਆਂ ਜਿਹੀਆਂ ਜਿੰਮ ਵਾਲੀਆਂ ਫੋਟੋਆਂ ਜ਼ਿਆਦਾ ਦੇਖੋਗੇ ਤੁਸੀਂ। ਪਰ ਉਹ ਮੇਰਾ ਉਹ ਹੁੰਦਾ ਉਦੋਂ ਆ ਜਦੋਂ ਮੈਂ ਗਾਣਾ ਰਿਲੀਜ਼ ਕਰਨਾ ਹੁੰਦਾ, ਉਹ ਤੋਂ 2 ਮਹੀਨੇ ਪਹਿਲਾਂ, ਜਦੋਂ ਵੀਡੀਓ ਡਾਇਰੈਕਟਰ ਕਹਿੰਦਾ ਵੀ ਭਾਅ ਜੀ ਥੋੜ੍ਹਾ ਜਿਹਾ ਸਲਿਮ ਹੋ ਜਾਓ, ਹੈ ਨਾ। ਮੇਰਾ ਥੋੜ੍ਹਾ ਜਿਹਾ ਉੱਦਾਂ ਦਾ ਆ। ਜੱਸੀ ਉਹ ਆਲਵੇਜ਼ ਉੱਦਾਂ ਰਹਿੰਦਾ, ਉਹ ਬਹੁਤ ਆਪਣੀ ਡਾਇਟ ਦੀ ਕੇਅਰ ਕਰਦਾ। ਬੱਬਲ ਤਾਂ ਸ਼ੁਰੂ ਤੋਂ ਹੀ ਉੱਦਾਂ ਖਾਂਦਾ, ਹਿਸਾਬ ਜਿਹਦਾ ਖਾਂਦਾ। ਮੈਨੂੰ ਇੱਦਾਂ ਹੁੰਦਾ ਮੈਂ ਵਿੱਚੋਂ ਫਿਰ ਛੁੱਟੀਆਂ ਲੈ ਕੇ ਐਨ ਜੋ ਮਨ ਆਉਂਦਾ, ਜੋ ਸਾਰਾ ਕੁਛ ਰਗੜੀਦਾ ਜੀ। ਸਹੀ, ਇਹ ਚੱਕਰ ਆ ਮੇਰਾ, ਤਾਂ ਕਰਕੇ ਕਦੀ ਮੋਟਾ, ਕਦੀ ਥੋੜ੍ਹਾ ਜਿਹਾ ਪਤਲਾ, ਕਦੀ ਠੀਕ ਠੀਕ ਜਿਹਾ, ਕਦੀ ਫਿਰ ਮੋਟਾ, ਇਕਦਮ ਉੱਦਾਂ ਹੋ ਜਾਂਦਾ। ਪਰ ਜਦੋਂ ਕਿਤੇ ਬਹੁਤ ਚੀਜ਼, ਬਹੁਤ ਟਾਈਮ ਹੋ ਗਿਆ ਹੋਵੇ, ਕੋਈ ਚੀਜ਼ ਖਾਧੀ ਨਾ ਹੋਵੇ ਪਰ ਥੋੜ੍ਹੀ ਫੇਵਰੇਟ ਹੋਵੇ, ਜਦੋਂ ਉਹਦੇ ਕੋਲ ਦੀ ਗੁਜ਼ਰੀ ਤਾਂ ਇੱਕ ਵਾਰ ਹੁੰਦਾ ਕਿ ਚੱਲ ਥੋੜ੍ਹਾ ਜਿਹਾ ਖਾ ਲੈ।